वेलकम टू सीबीएसई शिक्षा ऑनलाइन प्लेटफॉर्म मैं थਾਡਾ ਆਪਣਾ ਰਵੀ ਸਰ ਅੱਜ ਅਸੀਂ ਗੱਲ ਕਰਾਂਗੇ ਡਬਲਿਊਟੀਓ ਦੇ ਉੱਪਰ ਡਬਲਿਊਟੀਓ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਬਾਰੇ ਪੰਜਾਬ ਤੋਂ ਰਿਲੇਟਡ ਪੰਜਾਬ ਦੇ ਐਗਜ਼ਾਮ ਦੇ ਵਿੱਚ ਪੀਪੀਐਸਸੀ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਇਸ ਤੋਂ ਸਟੇਟਮੈਂਟ ਡਵਾਈਸ ਵੀ ਕੁਐਸਚਨ ਬਣ ਸਕਦਾ ਹੈ ਸਿੰਪਲ ਵਨ ਵਨ ਲਾਈਨਰ ਵੀ ਬਣ ਸਕਦਾ ਹੈ ਇਹ ਤੁਸੀਂ ਦੋਨੇ ਯਾਦ ਰੱਖਣੇ ਨੇ ਤਾਂ ਅਬ ਛੋਟਾ ਜਿਹਾ ਟਾਪਿਕ ਹੈ ਇਹ ਕਵਰ ਕਰ ਲੈਨੇ ਆਂ ਇਹਦੇ ਵਿੱਚ ਦੇਖੋ ਜੀ World Trade Organization ਸਭ ਤੋਂ ਪਹਿਲਾਂ ਇਹਦਾ ਫੁੱਲ ਫਾਰਮ ਜੇ ਪੁੱਛ ਲੈ ਤਾਂ World Trade Organization ਹੈ ਇਹ ਬਣੀ ਕਦੋਂ ਸੀ ਇਹ World Trade Organization ਜਿਹੜਾ ਬਣੀ ਹੈ ਇਹ 1995 ਦੇ ਵਿੱਚ ਬਣੀ ਹੈ ਠੀਕ ਹੈ ਪਹਿਲਾਂ ਇਸ ਤੋਂ ਪਹਿਲਾਂ ਇੱਕ ਸੰਸਥਾ ਸੀਗੀ ਜਿਸ ਨੂੰ ਰਿਪਲੇਸ ਕਰਕੇ WTO ਬਣਿਆ ਸੀਗਾ ਠੀਕ ਹੈ ਤੇ ਪੇਪਰ ਦੇ ਵਿੱਚ ਆ ਸਕਦਾ WTO ਕਿਹਨੂੰ ਰਿਪਲੇਸ ਕਰਕੇ ਆਇਆ ਸੀਗਾ ਤੇ ਇਹ ਸੀਗਾ GATT ਹੁਣ ਗੈਟ ਦੀ ਨਾ ਦੋਨੇ ਹੁਣ ਜਿਹੜਾ ਪੀਐਸਪੀਸੀਐਲ ਦੇ ਜਦੋਂ ਵੀ ਪੇਪਰ ਹੁੰਦੇ ਨੇ ਨਾ ਤਾਂ ਆਹ ਟ੍ਰੇਡ ਐਂਡ ਟੈਰਿਫ ਡਬਲ ਟੀ ਕਹਿੰਦਾ ਗੈਟ ਦੇ ਵਿੱਚ ਡਬਲ ਟੀ ਦਾ ਮਤਲਬ ਕੀ ਹੈ ਟ੍ਰੇਡ ਐਂਡ ਟੈਰਿਫਸ ਠੀਕ ਹੈ ਇਹ ਦੋਨੇ ਕੁਸ਼ਚਨ ਆ ਜਾਂਦੇ ਤੇ ਇਹਦੀ ਫੁੱਲ ਫਾਰਮ ਯਾਦ ਰੱਖ ਲਓ ਜਨਰਲ ਐਗਰੀਮੈਂਟ ਰੇਡ ਔਨ ਟੈਰਿਫਸ ਇਹਦੀ ਕੀ ਸੀ ਇਹਦੀ ਫੁੱਲ ਫਾਰਮ ਸੀ ਉਸ ਟਾਈਮ ਦੇ ਵਿੱਚ ਜਿਸ ਨੂੰ ਰਿਪਲੇਸ ਕਰਕੇ ਡਬਲਯੂਟੀਓ ਆਇਆ ਸੀਗਾ ਤੇ ਇਹ ਪੂਰੀ ਦੁਨੀਆ ਦੇ ਵਿੱਚ ਗੈਟ ਕੀ ਸੀਗਾ ਇਸ ਇੱਕ ਜਿਹੜਾ ਗੈਟ ਬਣਿਆ ਗਿਆ ਬਣਾਇਆ ਗਿਆ ਸੀਗਾ ਇੱਕ ਜਦੋਂ ਇਸ ਸੰਸਥਾ ਨੂੰ ਆਪਾਂ ਹੋੰਦ ਦੇ ਵਿੱਚ ਲੈ ਕੇ ਆਉਣੇ ਆ ਡਬਲਯੂਟੀਓ ਨੂੰ ਤਾਂ ਉਦੋਂ ਵਾਸਤੇ ਕੀ ਹੁੰਦਾ ਸੀਗਾ ਉਰੂਗਵੇ ਜਿਹੜਾ ਦੇਸ਼ ਹੈ ਲਾਟਿਨ ਅਮਰੀਕਾ ਦੇ ਵਿੱਚ ਉੱਥੇ ਇੱਕ ਹੀ ਹੁੰਦਾ ਸੀ ਕਾਨਫਰੰਸ ਹੋਈ ਸੀ ਜਿਸ ਦੇ ਕਾਰਨ 1995 ਦੇ ਵਿੱਚ ਕੀ ਹੋਇਆ ਲਗਾਤਾਰ ਕਾਨਫਰੰਸ ਹੋ ਰਹੀਆਂ ਸੀ ਕਿ ਡਬਲਯੂਟੀਓ ਦੇ ਉੱਪਰ ਡਬਲਯੂਟੀਓ ਬਣਾਇਆ ਜਾਵੇ ਬਣਾਇਆ ਜਾਵੇ ਜਿਸ ਕਰਕੇ ਡਬਲਯੂਟੀਓ ਜਿਹੜਾ 1995 ਦੇ ਵਿੱਚ ਆਇਆ ਉਸ ਤੋਂ ਪਹਿਲਾਂ ਗੈਟ ਚੱਲਦਾ ਹੁੰਦਾ ਸੀਗਾ ਇੱਕ ਜਰਨਲ ਐਗਰੀਮੈਂਟ ਸੀ ਪਰ ਜਿਹੜਾ ਜਿਹੜਾ WTO ਹੈ ਇਹ ਅੱਜ ਦੇ ਅਕੋਰਡਿੰਗ ਬਣਾਇਆ ਗਿਆ ਠੀਕ ਹੈ ਇਹਦੇ ਚ ਨਵੇਂ ਰੂਲ ਰੈਗੂਲੇਸ਼ਨਸ ਨੇ ਫੋਨ ਇਹਨਾਂ ਦਾ ਕੰਮ ਕੀ ਹੈ ਗੈਟ ਦਾ ਮੇਨ ਕੰਮ ਕੀ ਹੁੰਦਾ ਸੀ ਟਰੇਡ ਇਨ ਗoods ਜਿਹੜੇ ਵਿਦੇਸ਼ ਇੱਕ ਦੂਜੇ ਨਾਲ ਕੀ ਕਰਦੇ ਤੁਹਾਨੂੰ ਪਤਾ ਦੋ ਤਰ੍ਹਾਂ ਦੀ ਇਕਨੋਮੀ ਹੁੰਦੀ ਹੈ ਇੱਕ ਹੁੰਦੀ ਹੈ ਕਲੋਸਡ ਜਿਹਨਾਂ ਨੂੰ ਕੁਝ ਵੀ ਲੈਣਾ ਦੇਣਾ ਨਹੀਂ ਬਾਹਰਲੇ ਦੇਸ਼ਾਂ ਨਾਲ ਨਾ ਤਾਂ ਸਮਾਨ ਲੈ ਸਕਦੇ ਆ ਨਾ ਦਿੰਦੇ ਆ ਠੀਕ ਹੈ ਜੀ ਪਰ ਦੁਨੀਆ ਦੇ ਵਿੱਚ ਓਪਨ ਇਕਨੋਮੀ ਹੁੰਦੀ ਹੈ ਓਪਨ ਇਕਨੋਮੀ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਬਾਹਰ ਇੰਪੋਰਟ ਵੀ ਕਰ ਸਕਦੇ ਹੋ ਐਕਸਪੋਰਟ ਵੀ ਕਰ ਸਕਦੇ ਹੋ ਜਿਹਦੇ ਨਾਲ ਕੀ ਹੁੰਦੀ ਹੈ ਐਫ ਡੀ ਆਈ ਆਉਂਦੀ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ ਇੰਡੀਆ ਦੇ ਵਿੱਚ ਆਉਂਦਾ ਤੇ ਬਾਹਰ ਆਪਾਂ ਆਪਣੀ ਜਿਹੜਾ ਸਮਾਨ ਹੈ ਗੁੱਟ ਸੇ ਆਪਾਂ ਬਾਹਰ ਵੀ ਵੇਚ ਸਕਦੇ ਹਾਂ ਤੇ ਇਹ ਸੰਸਥਾ ਦਾ ਕੰਮ ਹੁੰਦਾ ਸੀ ਇਸੇ ਤਰ੍ਹਾਂ ਦਾ ਹੀ ਠੀਕ ਹੈ ਜੀ ਬਾਅਦ ਵਿੱਚ ਕੁਝ ਨਵੇਂ ਰੂਲ ਐਂਡ ਰੈਗੂਲੇਸ਼ਨ ਜੋੜੇਗੇ ਤਾਂ ਡਬਲਯੂਟੀਓ ਨੇ ਜਿਵੇਂ ਡਬਲਯੂਟੀਓ ਦੇ ਵਿੱਚ ਸਬਸਿਡੀ ਦੇ ਉੱਪਰ ਬੋਲਦਾ ਕਿ ਤੁਸੀਂ ਸਬਸਿਡੀ ਨਹੀਂ ਦੇਣਾ ਸਬਸਿਡੀ ਦੇਣ ਨਾਲ ਕੀ ਹੁੰਦਾ ਸਮਾਨ ਸਸਤਾ ਹੋ ਜਾਂਦਾ ਕਿਸੇ ਦੇਸ਼ ਦਾ ਸਮਾਨ ਮਹਿੰਗਾ ਹੋ ਜਾਂਦਾ ਤੇ ਇਸ ਕਰਕੇ ਇਸ ਤਰ੍ਹਾਂ ਦੇ ਰੂਲ ਇੰਦੇ ਵਿੱਚ ਬਣਾਏ ਗਏ ਨੇ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਤੇ ਇਹਦੇ ਵਿੱਚ ਇੰਟੈਲਲ ਪ੍ਰੋਪਰਟੀ ਰਾਈਟਸ ਇਹਦੇ ਬਾਰੇ ਗੱਲ ਕੀਤੀ ਜਾਂਦੀ ਹੈ ਟ੍ਰੇਡ ਇਨਵੈਂਸ਼ਨਸ ਕ੍ਰिएशन ਦੇ ਬਾਰੇ ਗੱਲ ਕੀਤੀ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਉਜੂ ਇਹਦਾ ਹੈੱਡਕੁਆਰਟਰ ਪੁੱਛ ਸਕਦੇ ਆ ਜਨੇਵਾ ਦੇ ਵਿੱਚ ਹੈ ਸਵਿਟਜ਼ਰਲੈਂਡ ਦੇ ਵਿੱਚ ਇਹਦਾ ਹੈੱਡਕੁਆਰਟਰ ਹੈ ਇਹਦਾ WTO ਦਾ ਮੋਟੋ ਕੀ ਹੈ ਕਿ ਇੱਕ ਤਰ੍ਹਾਂ ਦਾ ਲੀਗਲ ਇੰਸਟੀਟਿਊਸ਼ਨ ਹੈ ਇਹਦੇ ਵਿੱਚ ਕੀ ਹੁੰਦਾ ਹੈ ਮਲਟੀਲੇਟਰਲ ਟਰੇਡਿੰਗ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਮੇਨ ਕੰਮ ਹੁੰਦਾ ਕਿ ਲਿਬਰਲਾਈਜ਼ ਕਰਨਾ ਵਰਲਡ ਦੀ ਟਰੇਡ ਨੂੰ ਲਿਬਰਲਾਈਜ਼ ਕਰਨਾ ਮਤਲਬ ਸਾਰੇ ਦੇਸ਼ਾਂ ਦੀ ਇਕਨੋਮੀ ਸਾਰੇ ਦੇਸ਼ ਇੱਕ ਦੂਜੇ ਨਾਲ ਵਪਾਰ ਕਰਨ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਮੇਨ ਇਹਦਾ ਲਿਬਰਲਾਈਜੇਸ਼ਨ ਦਾ ਮਤਲਬ ਉਦਾਰਵਾਦੀ ਨੀਤੀਆਂ ਅਪਣਾਉਣਾ ਹਰ ਚੀਜ਼ ਨੂੰ ਆਸਾਨ ਇੱਕ ਲਾਅ ਬਣਾਉਣਾ ਜਿਹਦੇ ਵਿੱਚ ਸਾਰ ਹਰ ਕੋਈ ਦੇਸ਼ WTO ਨਾ ਇਹਦੇ ਵਿੱਚ ਜਰਨਲ ਕਾਉਂਸਲ ਵੀ ਹੁੰਦੀ ਹੈ ਇੱਕ ਮਿਨਿਸਟਰੀਅਲ ਕਾਉਂਸਲ ਵੀ ਹੁੰਦੀ ਹੈ ਡਾਇਰੈਕਟਰ ਜਨਰਲ ਦੀ ਮੀਟਿੰਗ ਹੁੰਦੀ ਹੈ ਇਹਦੇ ਵਿੱਚ ਵੀ ਤਿੰਨ ਤਰ੍ਹਾਂ ਦੀ ਮੀਟਿੰਗ ਹੁੰਦੀ ਹੈ ਠੀਕ ਹੈ ਜੀ ਇਹਦੇ ਤੁਸੀਂ ਯਾਦ ਰੱਖਣਾ ਹੁਣ ਪੇਪਰ ਦੇ ਵਿੱਚ ਆਪਣੇ ਪੰਜਾਬ ਦੇ ਜਿਹੜਾ ਸਿੰਪਲ ਪੇਪਰ ਉਹਦੇ ਵਿੱਚ ਸ ਸਿੰਪਲ ਸਿੰਗਲ ਸਿੰਗਲ ਲਾਈਨ ਪੇਪਰ ਕੁਸ਼ਨ ਆਉਂਦੇ ਨੇ ਉਹਦੇ ਵਿੱਚ ਪੁੱਛਦੇ ਨੇ ਵੀ ਇਹਦੇ ਟੋਟਲ ਮੈਂਬਰ ਕਿੰਨੇ ਨੇ 164 ਮੈਂਬਰ ਨੇ ਠੀਕ ਹੈ ਜੀ ਹੁਣ ਇਹਦੇ ਡਾਇਰੈਕਟਰ ਜਨਰਲ ਨਵੇਂ ਬਣੇ ਨੇ ਨਵੇਂ ਜਿਹੜੀ ਹੁਣ ਲੜਕੀ ਬਣੀ ਹੈ ਇਹ ਅਸ਼ਵੇਤ ਲੜਕੀ ਬਣੀ ਹੈ ਇਹ ਲੈਡੀ ਬਣੀ ਹੈ ਨੇ ਇਹ ਨਾਈਜੀਰੀਆ ਤੋਂ ਇਹਨਾਂ ਦਾ ਨਾਮ ਹੈ ਡਾਕਟਰ ਨਾਗੋਜੀ ਇਕੋਂਜ਼ੋ ਇਵਿਲਿਆ ਇਹਨਾਂ ਦਾ ਨਾਮ ਬਹੁਤ ਇੰਪੋਰਟੈਂਟ ਹੈ ਇਹ ਤੁਸੀਂ ਨਵੀਂ ਹੁਣ ਇਹ ਕੁਸ਼ਨ ਤੁਹਾਡਾ ਪੇਪਰ ਦੇ ਵਿੱਚ ਆ ਸਕਦਾ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਸਪੈਸ਼ਲੀ ਇਹ ਨਾਈਜੀਰੀਆ ਤੋਂ ਨੇ ਇਸ ਤੋਂ ਪਹਿਲਾਂ ਇੰਡੀਆ ਇਹਦੇ ਵਿੱਚ ਕੀ ਹੁੰਦਾ ਸੀਗਾ ਐਂਡ ਦੇ ਫਸਟ ਡਾਇਰੈਕਟਰ ਹੁੰਦੇ ਸੀ ਪੀਟਰ ਸਦਰਲੈਂਡ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਉਸ ਤੋਂ ਬਾਅਦ ਆਜੋ ਇਹਦੇ ਵਿੱਚ ਹੁਣ ਇਹਦੇ ਵਿੱਚ ਕਿਹੜੇ ਕਿਹੜੇ ਮੈਂਬਰ ਟੋਟਲ ਹੁਣ ਇਹਦੀਆਂ ਕਿੰਨੀਆਂ ਮੀਟਿੰਗਾਂ ਅੱਜ ਤੱਕ ਹੋ ਚੁੱਕੀਆਂ ਨੇ ਇਹਦੀਆਂ ਅੱਜ ਤੱਕ ਕਿੰਨੀਆਂ ਮੀਟਿੰਗਾਂ ਨੇ 12ਵੀਂ ਮੀਟਿੰਗ ਸੀ ਨੂਰ ਸੁਲਤਾਨ ਦੇ ਵਿੱਚ ਕਜ਼ਾਕਿਸਤਾਨ ਦੇ ਵਿੱਚ ਠੀਕ ਹੈ ਹੁਣ ਇਹਦੇ 164 ਮੈਂਬਰ ਜੁੜੇ ਨੇ ਕਈ ਵਾਰ ਪੇਪਰ 'ਚ ਪੁੱਛ ਸਕਦੇ ਨੇ ਕਿਹੜਾ ਮੈਂਬਰ ਇਹਦੇ ਵਿੱਚ ਇੰਡੀਆ ਵੀ ਮੈਂਬਰ ਹੈਗਾ ਯਾਦ ਰੱਖਿਓ ਜੀ ਇੰਡੀਆ ਇਹਦੇ ਵਿੱਚ ਮੈਂਬਰ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਲਾਸਟ ਜਿਹੜੇ 4 ਮੈਂਬਰ ਜੁੜੇ ਨੇ ਉਹ ਕਿਹੜੇ ਨੇ ਸਭ ਤੋਂ ਬਾਅਦ ਜਿਹੜੇ ਲਾਸਟ ਜੁੜਿਆ ਸੀਗਾ ਅਫਗਾਨਿਸਤਾਨ ਠੀਕ ਹੈ ਅਫਗਾਨਿਸਤਾਨ ਉਸ ਤੋਂ ਪਹਿਲਾਂ ਲਾਈਬਰੀਆ 103 ਨੰਬਰ ਕਜ਼ਾਕਿਸਤਾਨ 162 ਨੰਬਰ ਸ਼ੈਸ਼ਲਸ ਜਿਹੜਾ ਕੀ ਜੁੜਿਆ ਸੀ 168 ਨੰਬਰ ਮੈਂਬਰ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਆਈ ਹੋਪ ਕਿ ਤੁਹਾਨੂੰ ਸਾਰਾ ਇਹ ਟੌਪਿਕਸ ਟੂ ਦਾ ਪੁਆਇੰਟ ਸਮਝ ਆਇਆ ਹੋਵੇਗਾ ਥੈਂਕ ਯੂ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਮਿਲਦੇ ਆਂ ਨੈਕਸਟ ਵੀਡੀਓ ਨਾਲ ਇਸੇ ਹੀ ਤਰ੍ਹਾਂ ਦੀ ਛੋਟੀ ਵੀਡੀਓ ਹੋਰ ਲੈ ਕੇ ਆਵਾਂਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਹੈ ਤੁਸੀਂ ਕਮੈਂਟ ਬਾਕਸ ਮੈਂ ਉਸ ਤੇ ਉੱਪਰ ਵੀ ਵੀਡੀਓ ਬਣਾ ਲਾਂਗਾ ਠੀਕ ਹੈ ਜੀ ਥੈਂਕ ਯੂ ਫॉर ਵਾਚਿੰਗ